ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਚੈਨਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੇ ਲੋ ਜੀ, ਅੱਜ ਸਾਡੇ ਨਾਲ ਮੌਜੂਦ ਨੇ ਇੱਕ ਨਵੇਂ ਕਲਾਕਾਰ ਜਿਨ੍ਹਾਂ ਨੇ ਹਾਲ ਹੀ ਵਿੱਚ ਦੋ ਅਰਮਾਨ ਗੀਤ ਦੇ ਨਾਲ ਡੈਬਿਊ ਕੀਤਾ ਹੈ, ਤੇ ਆਓ ਮਿਲਦੇ ਹਾਂ ਫੈਸਲਾ ਖਾਨ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ ਜੀ ਤੁਸੀਂ? ਬਸ ਦੁਆਵਾਂ ਤੁਹਾਡੀਆਂ ਜੀ। ਜੇ ਹੁਣ ਗੱਲ ਕਰੀਏ, ਜਿੱਦਾਂ ਮੈਂ ਕਿਹਾ ਕਿ ਤੁਸੀਂ ਸ਼ੁਰੂਆਤ ਕੀਤੀ ਹੈ ਡੈਬਿਊ ਸੌਂਗ ਆਪਣੇ ਦੋ ਅਰਮਾਨ ਦੇ ਨਾਲ, ਪਹਿਲਾਂ ਤਾਂ ਕਿਹੋ ਜਿਹੀ ਫੀਲਿੰਗ ਹੈ ਕਿ ਫਾਈਨਲੀ ਤੁਹਾਡਾ ਗਾਣਾ ਰਿਲੀਜ਼ ਹੋ ਗਿਆ, ਤੁਸੀਂ ਪੰਜਾਬੀ ਸੰਗੀਤ ਜਗਤ ਵਿੱਚ ਡੈਬਿਊ ਕਰ ਲਿਆ ਜੀ? ਬਹੁਤ ਔਸਮ ਆ ਜੀ ਫੀਲਿੰਗ ਤਾਂ, ਤੇ ਬਾਕੀ ਦਰਸ਼ਕਾਂ ਨੇ ਕਬੂਲਿਆ ਜੀ, ਬਹੁਤ ਪਿਆਰ ਦਿੱਤਾ, ਬਹੁਤ ਵਧੀਆ ਲੱਗ ਰਿਹਾ ਜੀ। ਪਹਿਲਾ ਗਾਣਾ ਸੀਗਾ ਤੇ ਜਿੰਨੀ ਉਮੀਦ ਸੀਗੀ, ਉਮੀਦ ਤੋਂ ਵੱਧ ਜਾਣੀ ਕਿ ਪਿਆਰ ਮਿਲਿਆ, ਤਾਂ ਮੈਂ ਥੈਂਕ ਯੂ ਕਰਦਾ ਜੀ ਸਾਰਿਆਂ ਦਾ ਜੀ। ਜੇ ਹੁਣ ਮੈਂ ਦੋ ਅਰਮਾਨ ਦੀ ਗੱਲ ਕਰਾਂ, ਤੁਸੀਂ ਇਹੀ ਗਾਣਾ ਕਿਉਂ ਚੂਜ਼ ਕੀਤਾ ਆਪਣੇ ਮਤਲਬ ਨਵਾਂ ਕਦਮ ਰੱਖਣ ਲਈ ਇੰਡਸਟਰੀ ਦੇ ਵਿੱਚ? ਇਹ ਗਾਣਾ ਜੀ ਮੇਰੇ ਦਿਲ ਦੇ ਬਹੁਤ ਕਰੀਬ ਹੈ। ਅੱਛਾ। ਹਾਂ, ਲਿਖਿਆ ਵੀ ਮੈਂ ਆਪੇ ਆ। ਹਾਂ ਹਾਂ। ਤੇ ਮੈਂ ਜ਼ਰੂਰ ਗੱਲ ਕਰੂੰਗਾ, ਔਰ ਮੇਰੇ ਮੁਰਸ਼ਦ ਸਾਈਂ ਲਾਲ ਸ਼ਾਹ ਜੀ, ਇਹ ਵੈਸੇ ਉਹਨਾਂ ਨੂੰ ਸਮਰਪਿਤ ਸੀਗਾ ਗਾਣਾ ਜਦੋਂ ਮੈਂ ਲਿਖਿਆ ਸੀਗਾ ਨਾ, ਤੇ ਉਹਨਾਂ 'ਤੇ ਲਿਖਿਆ ਸੀਗਾ। ਔਰ ਕਿਉਂਕਿ ਮੈਂ ਦਰਬਾਰ ਦੇ ਵਿੱਚ ਕਾਫੀ ਸੇਵਾ ਕੀਤੀ ਉਹਨਾਂ ਦੀ, ਮੈਂ ਪਹਿਲਾਂ ਦਰਬਾਰ ਦੇ ਵਿੱਚ ਰਹਿੰਦਾ ਹੁੰਦਾ ਸੀਗਾ, ਉੱਥੇ ਹੀ ਤੁਹਾਨੂੰ ਪਤਾ ਦਰਬਾਰਾਂ ਦੇ ਵਿੱਚ ਕਵਾਲੀਆਂ ਚੱਲਦੀਆਂ ਹੁੰਦੀਆਂ, ਅਤੇ ਮੈਂ ਕਵਾਲੀ ਦਾ ਸ਼ੁਰੂ ਤੋਂ ਬਹੁਤ ਆਸ਼ਕ ਸੀਗਾ, ਹੈ ਨਾ। ਅਤੇ ਹੌਲੀ ਹੌਲੀ ਚਲੋ ਉਹਨਾਂ ਨੇ ਬਖਸ਼ਿਸ਼ ਕੀਤੀ ਜੋ ਵੀ, ਅਤੇ ਜੋ ਗਾਉਣਾ ਜਿੰਨਾ ਕੁ ਵੀ ਚਲੋ ਹੈ ਨਾ ਆਉਂਦਾ ਵਾ, ਅਤੇ ਉੱਥੋਂ ਹੀ ਸਾਰਾ ਕੁਛ ਮਿਲਿਆ ਜੀ ਉਹਨਾਂ ਦੀ ਦੁਆਵਾਂ ਨੇ, ਉਹਨਾਂ ਦਾ ਆਸ਼ੀਰਵਾਦ। ਇਸ ਗੀਤ ਦਾ ਵੀਡੀਓ ਵੀ ਬਹੁਤ ਅਟਰੈਕਟਿਵ ਹੈ, ਬਹੁਤ ਵਧੀਆ ਤਰੀਕੇ ਨਾਲ ਹੈ, ਸੋ ਇਸ ਪੂਰਾ ਕਨਸੈਪਟ ਕਿਹਦਾ ਸੀਗਾ ਵੀਡੀਓ ਦਾ? ਇਹ ਸਾਡੇ ਵੱਡੇ ਭਰਾ, ਮੇਰੇ ਵੱਡੇ ਭਾਅ ਜੀ ਮੰਦਰਾਜ ਰਾਏ ਜੀ ਦਾ, ਤੇ ਉਹ ਮੇਰੇ ਵੱਡੇ ਭਰਾ ਵੀ ਨੇ ਤੇ ਬਹੁਤ ਸਾਡੇ ਰਿਸਪੈਕਟਡ ਪਰਸਨ ਵੀ ਨੇ, ਸੋ ਸਾਰਾ ਇਹ ਸੇਰਾ ਜੀ ਵੀਡੀਓ ਦਾ ਪਲੱਸ ਸਾਰਾ ਹੀ ਕਹਿੰਦਾ ਮੈਂ, ਜੋ ਮਤਲਬ ਦਰਸ਼ਕਾਂ ਦੇ ਸਾਹਮਣੇ ਮੈਨੂੰ ਲੈ ਕੇ ਆਉਣ ਵਾਲੇ ਉਹ ਨੇ ਜੀ ਜੀ। ਔਰ ਬਲੈਕ ਮਿਊਜ਼ਿਕ ਪ੍ਰੋਡਕਸ਼ਨ ਜੀ ਉਹਨਾਂ ਦੇ ਵਿੱਚ, ਕੁਲਵਿੰਦਰ ਭਾਅ ਜੀ, ਹੈਪੀ ਭਾਅ ਜੀ ਔਰ ਸੁੱਖਾ ਭਾਅ ਜੀ, ਉਹਨਾਂ ਦਾ ਵੀ ਬਹੁਤ ਵੱਡਾ ਹੱਥ ਹੈ ਜੀ, ਮਤਲਬ ਬਹੁਤ ਵੱਡੀ ਦੇਣ ਜੀ। ਮਨਰਾਜ ਰਾਏ ਜੀ ਦੇ ਨਾਲ ਕੰਮ ਕਰਕੇ ਮਤਲਬ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਤੁਹਾਡਾ? ਬਹੁਤ ਵਧੀਆ, ਕਿਉਂਕਿ ਸਾਡੀ ਇੱਕ ਫੈਮਿਲੀ ਹੈ। ਓਕੇ ਓਕੇ। ਇੱਦਾਂ ਨਹੀਂ ਵੀ ਇੱਕ ਸਿੰਗਰ ਕਿਸੇ ਮਤਲਬ ਵੀਡੀਓ ਡਾਇਰੈਕਟਰ ਨਾਲ ਕੰਮ ਕਰ ਰਿਹਾ, ਇੱਦਾਂ ਦਾ ਮੈਨੂੰ ਕੁਛ ਫੀਲ ਨਹੀਂ ਹੋਇਆ, ਔਰ ਜੋ ਸਾਡੀ ਵੀਡੀਓ ਸੀ ਇੱਕ ਫੈਮਿਲੀ ਦੀ ਤਰ੍ਹਾਂ ਕੰਮ ਕੀਤਾ, ਸਾਰਿਆਂ ਨੇ ਬਹੁਤ ਮਿਹਨਤ ਕੀਤੀ ਜੀ ਔਰ ਬਹੁਤ ਵਧੀਆ ਲੱਗਿਆ। ਤੇ ਇਸ ਦੇ ਨਾਲ ਹੀ ਦਰਸ਼ਕਾਂ ਨੂੰ ਦੋ ਅਰਮਾਨ ਸੁਣਾ ਦਿਓ, ਫਿਰ ਅਸੀਂ ਹੋਰ ਗੱਲਾਂ ਬਾਤਾਂ ਕਰਦੇ ਹਾਂ। ਜੀ ਜੀ ਹਾਂਜੀ, ਉਹ ਆਪਣਾ ਸੀਗਾ ਦੋ ਅਰਮਾਨ ਮੇਰੇ ਦਿਲ ਦੇ ਜਾਨ, ਦੋ ਅਰਮਾਨ ਮੇਰੇ ਦਿਲ ਦੇ ਜਾਨ, ਹੋਵੇਂ ਪਹਿਲਾ ਵੀ ਤੂੰ ਤੇ ਦੂਜਾ ਵੀ ਤੂੰ, ਹੋਵੇਂ ਪਹਿਲਾ ਵੀ ਤੂੰ ਤੇ ਦੂਜਾ ਵੀ ਤੂੰ, ਸਮਾਂ ਵਿੱਚ ਤੂੰ, ਦੁਆਵਾਂ ਵਿੱਚ ਤੂੰ, ਤੇ ਮੰਜ਼ਿਲਾਂ 'ਚ ਤੂੰ, ਆਰਾਮਾਂ ਵਿੱਚ ਤੂੰ, ਮੈਂ ਤੈਥੋਂ ਵਾਰਤਾ ਜਹਾਂ ਵੇ ਮੈਨੂੰ ਕਸਮ ਕੁਰਾਂ, ਮੈਂ ਤੈਥੋਂ ਵਾਰਤਾ ਜਹਾਂ ਮੈਨੂੰ ਕਸਮ ਕੁਰਾਂ, ਹੋਵੇਂ ਪਹਿਲਾ ਵੀ ਤੂੰ ਤੇ ਦੂਜਾ ਵੀ ਤੂੰ, ਦੋ ਅਰਮਾਨ ਮੇਰੇ ਦਿਲ ਦੇ ਜਾਂ, ਹੋਵੇਂ ਪਹਿਲਾ ਵੀ ਤੂੰ ਤੇ ਦੂਜਾ ਵੀ ਤੂੰ। ਬਹੁਤ ਵਧੀਆ ਜੀ, ਥੈਂਕ ਯੂ। ਤੇ ਹੁਣ ਤੁਹਾਡੇ ਕਰੀਅਰ ਦੀ ਗੱਲ ਕਰਦੇ ਹਾਂ ਜੀ, ਮਤਲਬ ਸਿੰਗਿੰਗ ਦਾ ਸ਼ੌਂਕ ਤੁਹਾਨੂੰ ਬਚਪਨ ਤੋਂ ਸੀ ਕਿ ਬਾਅਦ ਵਿੱਚ ਮਤਲਬ ਪਿਆ ਇਹ ਸ਼ੌਂਕ? ਹਾਂਜੀ, ਮੈਨੂੰ ਬਚਪਨ ਤੋਂ ਸੀਗਾ ਸ਼ੌਂਕ, ਮੈਂ ਤੁਹਾਨੂੰ ਇੱਕ ਮਤਲਬ ਆਪਣੀ ਜ਼ਿੰਦਗੀ ਦੀ ਬਹੁਤ ਜੋ ਮੇਰੇ ਲਈ ਬਹੁਤ ਖਾਸ ਸੀਗਾ, ਇੱਕ ਮੈਂ ਤੁਹਾਨੂੰ ਗੱਲ ਸੁਣਾਉਣਾ। ਮੈਂ ਨਾ ਪੰਜਵੀਂ ਕਲਾਸ ਦੇ ਵਿੱਚ ਹੁੰਦਾ ਸੀਗਾ, ਅਤੇ ਪੰਜਵੀਂ ਕਲਾਸ ਦੇ ਵਿੱਚ ਨਾ ਮਤਲਬ ਮੈਨੂੰ ਮੌਕਾ ਮਿਲਿਆ ਸਟੇਜ 'ਤੇ, ਪਹਿਲੀ ਵਾਰ ਸਟੇਜ ਨਸੀਬ ਹੋਈ ਮਾਲਕਾਂ ਦੀ ਦੁਆ ਨਾਲ, ਅਤੇ ਪਹਿਲੀ ਵਾਰ ਸਟੇਜ ਨਸੀਬ ਹੋਈ
ਮਤਲਬ ਮੈਂ ਇੱਕ ਗਾਣਾ ਗਾਇਆ ਔਰ ਮੈਨੂੰ ਇੱਕ ਕਾਪੀ ਅਤੇ ਪੈੱਨ ਮਿਲਿਆ ਸੀਗਾ, ਕਾਪੀ ਅਤੇ ਪੈੱਨ ਮਿਲਿਆ ਸੀਗਾ, ਔਰ ਮੈਨੂੰ ਇੱਦਾਂ ਲੱਗਿਆ ਵੀ ਮੈਨੂੰ ਦੁਨੀਆਂ ਦੀ ਸਾਰੀ ਖੁਸ਼ੀ ਮਿਲ ਗਈ। ਮਤਲਬ ਉਦੋਂ ਮੈਨੂੰ ਲੱਗਿਆ ਵੀ ਤੂੰ ਗਾ ਸਕਦਾ, ਹੌਲੀ 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 ਮਿਹਨਤ, ਤੁਹਾਨੂੰ ਪਤਾ ਹੀ ਹੈ ਨਾ ਜੀ, ਜਦੋਂ ਆਫਕੋਰਸ ਅਸੀਂ ਕੋਈ ਵੀ ਕਦਮ ਚੁੱਕਦੇ ਹਾਂ, ਕੋਈ ਵੀ ਕਿਤੇ ਵੀ ਕੋਈ ਪ੍ਰੋਫੈਸ਼ਨ ਚੁੱਕਦੇ ਹਾਂ, ਆਫਕੋਰਸ ਕੋਈ ਨਾ ਕੋਈ ਸਪੋਰਟ ਸਿਸਟਮ ਸਾਡਾ ਹਮੇਸ਼ਾ ਰਹਿੰਦਾ ਹੈ, ਠੀਕ ਹੈ। ਸੋ ਤੁਹਾਡੇ ਕੋਲ ਸਪੋਰਟ ਸਿਸਟਮ ਰਿਹਾ ਤੁਹਾਡੀ ਲਾਈਫ ਦੇ ਵਿੱਚ? ਉਹ ਇਹ ਸਾਰਾ ਸਿਰਾ ਜਾਂਦਾ ਜੀ ਮੇਰੇ ਮੰਮੀ ਪਾਪਾ ਨੂੰ। ਓਕੇ, ਆਈ ਲਵ ਮਾਈ ਡੈਡ ਜੀ ਜੀ ਜੀ, ਮੈਂ ਆਪਣੇ ਪਾਪਾ ਨੂੰ ਬਹੁਤ ਪਿਆਰ ਕਰਦਾ ਔਰ ਮੈਂ ਹੁਣ ਵੀ ਉਹਨਾਂ ਦੇ ਚਰਨ ਮਤਲਬ ਸਪਸ਼ਟ ਕਰਦਾ ਔਰ ਹਮੇਸ਼ਾ ਮਾਲਕ ਉਹਨਾਂ ਦੇ ਚਰਨਾਂ 'ਚ ਰੱਖੇ, ਇਹ ਸਾਰਾ ਸਿਰਾ ਉਹਨਾਂ ਨੂੰ ਜਾਂਦਾ ਜੀ। ਉਹਨਾਂ ਨੇ ਮੇਰੀ ਬਹੁਤ ਸਪੋਰਟ ਕੀਤੀ ਔਰ ਅੱਜ ਵੀ ਮੇਰੇ ਨਾਲ ਨੇ। ਮਤਲਬ ਮੈਨੂੰ ਜਿੱਦਾਂ ਮੈਂ ਘਰੋਂ ਕਹਿੰਦੇ ਆ ਨਾ ਜਦੋਂ ਕੁਛ ਬਣਨ ਲਈ ਬੰਦਾ ਨਿਕਲਦਾ ਨਾ, ਅਤੇ ਮੈਨੂੰ ਕਾਫੀ ਟਾਈਮ ਹੋ ਗਿਆ ਸੀ, ਕਾਫੀ ਸਾਲ ਹੋ ਗਏ ਸੀ ਔਰ ਉਹਨਾਂ ਨੇ ਕਦੇ ਮਤਲਬ ਇਹ ਨਹੀਂ ਕੀਤਾ ਤੂੰ ਕੁਛ ਕਰਦਾ ਨਹੀਂ ਜਾ, ਉਹ ਕਹਿੰਦੇ ਸੀ ਬਸ ਤੁਰਿਆ ਚੱਲ ਔਰ ਅੱਜ ਤੁਹਾਡੇ ਸਾਹਮਣੇ ਜੀ। ਵੈਸੇ ਉਹਨਾਂ ਦਾ ਕੋਈ ਸੁਪਨਾ ਸੀ ਕਿ ਨਹੀਂ ਤੂੰ ਇਹ ਕਰੇ ਕਿ ਨਹੀਂ ਆਰਟਿਸਟ ਨਹੀਂ ਬਣਨਾ? ਮੇਰੇ ਮੇਰੇ ਪਾਪਾ ਦਾ ਇੱਕ ਸੁਪਨਾ ਸੀਗਾ ਵੀ ਤੂੰ ਪੁਲਿਸ ਵਾਲਾ ਬਣ, ਪੁਲਿਸ 'ਚ। ਹਾਂਜੀ ਹਾਂਜੀ ਪੁਲਿਸ 'ਚ, ਅਤੇ ਬਾਕੀ ਚਲੋ ਮੇਰਾ ਸ਼ੌਕ ਸੀਗਾ ਇੱਧਰ ਲੱਗੀ ਹੋਈ ਸੀਗੀ ਬਸ, ਉਹ ਇੱਦਾਂ ਨਹੀਂ ਵੀ ਮਤਲਬ ਕੋਈ ਮੈਨੂੰ ਜ਼ਿਆਦਾ ਨਹੀਂ ਕਰਦੇ ਸੀਗੇ ਵੀ ਹਾਂ ਤੂੰ ਇੱਦਾਂ ਹੀ ਕਰ ਇੱਦਾਂ ਹੀ ਕਰ, ਮੇਰਾ ਸਾਥ ਦਿੱਤਾ ਉਹਨਾਂ ਨੇ। ਓਕੇ ਜੀ, ਅਤੇ ਜੇ ਮਤਲਬ ਕਹਿੰਦੇ ਨੇ ਨਾ ਕਿ ਸਿੰਗਿੰਗ ਲਾਈਨ, ਆਫਕੋਰਸ ਤੁਸੀਂ ਬਚਪਨ 'ਚ ਕਿਸੇ ਨੂੰ ਸੁਣਿਆ ਹੀ ਹੋਣਾ ਹੈ ਜਦੋਂ ਤੁਸੀਂ ਕਿਹਾ ਕਿ ਯਾਰ ਮੈਂ ਗਾਣਾ ਹੈ ਅਤੇ ਇਹਨਾਂ ਵਰਗਾ ਗਾਣਾ ਹੈ ਬਣਨਾ ਹੈ ਅਤੇ ਇਹਨਾਂ ਵਰਗਾ ਬਣਨਾ ਹੈ, ਸੋ ਇਹੋ ਜਿਹੇ ਕਿਹੜੇ ਆਰਟਿਸਟ ਸੀਗੇ ਜੇ ਮਤਲਬ ਜੋ ਤੁਸੀਂ ਸੁਣਦੇ ਸੀ? ਉਹਨਾਂ ਵਰਗਾ ਤੇ ਬਣਨਾ ਬਹੁਤ ਮੁਸ਼ਕਿਲ ਹੈ, ਬਹੁਤ ਮੁਸ਼ਕਿਲ ਹੈ ਆਫਕੋਰਸ। ਹਾਂ ਬਹੁਤ ਮੁਸ਼ਕਿਲ ਹੈ, ਬਹੁਤ ਮੁਸ਼ਕਿਲ ਹੈ, ਮਤਲਬ ਉਹ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਆ ਜੀ ਜੀ, ਜਿਹਨਾਂ ਦਾ ਮੈਂ ਨਾਂ ਲਊਂਗਾ ਹੁਣ ਨੁਸਰਤ ਫਤਿਹ ਅਲੀ ਖਾਨ ਸਾਹਿਬ, ਮੈਂ ਉਹਨਾਂ ਦਾ ਬਹੁਤ ਵੱਡਾ ਦੀਵਾਨਾ ਜੀ, ਔਰ ਮੈਂ ਇੱਕ ਨਾਮ ਹੋਰ ਲਊਂਗਾ ਮਾਨ ਸਾਹਿਬ। ਓਕੇ, ਮਾਨ ਸਾਹਿਬ ਗੁਰਦਾਸ ਸਾਹਿਬ, ਮਾਨ ਸਾਹਿਬ ਜੀ ਜੀ ਜੀ। ਉਹਨਾਂ ਦਾ ਕੋਈ ਗੀਤ ਜੋ ਤੁਸੀਂ ਬਹੁਤ ਗਾਇਆ ਹੋਵੇ? ਖਾਨ ਸਾਹਿਬ ਦਾ ਜੋ ਵੀ ਮਤਲਬ ਤੁਹਾਡੇ ਫੇਵਰੇਟ ਹੋਣ, ਉਹਨਾਂ ਦਾ ਗੀਤ ਬਹੁਤ ਗਾਇਆ ਹੋਵੇ? ਹਾਂਜੀ ਹਾਂਜੀ, ਇੱਕ ਕਵਾਲੀ ਮੈਨੂੰ ਬੜੀ ਪਸੰਦ ਹੈ, ਉਹ ਮੈਂ ਤੁਹਾਨੂੰ ਜ਼ਰੂਰ ਸੁਣਾਉਂਗਾ। ਭਾਵੇਂ ਕਰੇ ਕਬੂਲ ਤੂੰ ਸੱਜਣਾ ਵੇ, ਭਾਵੇਂ ਕਰੇ ਕਬੂਲ ਤੂੰ ਸੱਜਣਾ ਵੇ, ਭਾਵੇਂ ਤੂੰ ਠੁਕਰਾ ਦੇਵੇਂ ਉਹ ਦੁੱਖ ਸੁੱਖ ਯਾਰ ਹਵਾਲੇ ਰੱਬ ਦੇ, ਦਿਲ ਲਾ ਛੱਡਿਆ ਤੇਰੇ ਨਾਵੇਂ, ਰੱਖ ਸਾਂਭ ਕੇ ਆ, ਰੱਖ ਸਾਂਭ ਕੇ ਆ ਸੱਜਣਾ ਗਵਾ ਦੇ, ਉਹ ਰੱਖ ਸਾਂਭ ਕੇ ਆ ਸੱਜਣਾ ਗਵਾ ਦੇ, ਜਾ ਦਿਲ ਤੈਨੂੰ ਦੇ ਛੱਡਿਆ, ਰੱਖ ਸਾਂਭ ਕੇ ਆ ਸੱਜਣਾ ਗਵਾ ਦੇ। ਮੈਨੂੰ ਬੜੀ ਬੜੀ ਸੋਹਣੀ ਲੱਗਦੀ ਸੀ ਕਵਾਲੀ। ਜੀ ਜੀ, ਅਤੇ ਆਫਕੋਰਸ ਇੰਡਸਟਰੀ ਵਿੱਚ ਆਉਣ ਲਈ ਤੁਹਾਨੂੰ ਮੁਸ਼ਕਲਾਂ ਦਾ ਕੋਈ ਸਾਹਮਣਾ ਵੀ ਕਰਨਾ ਪਿਆ ਕਿ ਮਤਲਬ ਆਸਾਨ ਰਿਹਾ ਇੱਥੇ ਪੈਰ ਜਮਾਉਣਾ ਜਾਂ ਪੈਰ ਰੱਖਣਾ? ਆਸਾਨ ਤਾਂ ਨਹੀਂ ਮੈਂ ਕਹਿ ਸਕਦਾ, ਔਰ ਮੈਂ ਇੱਕ ਗੱਲ ਦਾ ਜ਼ਰੂਰ ਮਤਲਬ ਦਾਅਵਾ ਕਰੂੰਗਾ ਵੀ ਜਿਹੜਾ ਪਹਿਲਾਂ ਮੁਸ਼ਕਲਾਂ ਇੰਨੀਆਂ ਝੇਲ ਕੇ ਉਹਨੂੰ ਮੁਕਾਮ ਦਾ ਪਤਾ ਹੁੰਦਾ ਵੀ ਉਹਦੀ ਅਹਿਮੀਅਤ ਪਤਾ ਹੁੰਦਾ ਉਹਨੂੰ, ਜੇ ਬਾਹਲੀ ਛੇਤੀ ਮਿਲ ਜਾਏ ਨਾ ਫਿਰ ਬੰਦਾ ਪੈਰ ਛੱਡ ਜਾਂਦਾ ਜਲਦੀ। ਜੀ ਜੀ ਜੀ, ਨਹੀਂ ਮੈਨੂੰ ਬਹੁਤ ਬਹੁਤ ਮੁਸ਼ਕਲਾਂ ਦੇਖੀਆਂ, ਪਰ ਕੋਈ ਗੱਲ ਨਹੀਂ, ਉਹ ਵੀ ਇਮਤਿਹਾਨ ਸੀਗਾ ਜੀ, ਇਮਤਿਹਾਨ ਬਿਨਾਂ ਗੱਲ ਨਹੀਂ ਬਣਦੀ। ਉਹ ਤਾਂ ਗੱਲ ਸਹੀ ਹੈ ਜੀ ਜੀ ਜੀ। ਹਾਂਜੀ, ਤੇ ਆਫਕੋਰਸ ਤੁਸੀਂ ਸੈਡ ਰੋਮਾਂਟਿਕ ਦੇ ਨਾਲ ਸ਼ੁਰੂਆਤ ਕੀਤੀ ਹੈ, ਸੋ ਅੱਗੇ ਕਿਹੜੇ ਫਿਊਚਰ ਪ੍ਰੋਜੈਕਟਸ ਦਰਸ਼ਕਾਂ ਨੂੰ ਸੁਣਨ ਨੂੰ ਮਿਲਣਗੇ ਤੁਹਾਡੇ ਵੱਲੋਂ? ਹੁਣ ਜਿਹੜਾ ਦੂਜੇ ਗਾਣੇ ਦਾ ਪਲਾਨ ਹੈਗਾ ਜੀ ਬੀਟ ਦਾ। ਓਕੇ, ਬੀਟ ਦਾ ਜੀ, ਬੀਟ ਗਾਣੇ ਦਾ। ਸੋ ਬੀਟ ਗਾਣੇ, ਵੈਸੇ ਤੁਹਾਡਾ ਆਪਣਾ ਜੋਨਰ ਕੀ ਹੈ ਜੋ ਤੁਸੀਂ ਸਭ ਤੋਂ ਜ਼ਿਆਦਾ ਗਾਣਾ ਚਾਹੁੰਦੇ ਹੋ ਆਪਣੀ ਮਤਲਬ ਕਰੀਅਰ ਦੇ ਵਿੱਚ? ਮੇਰਾ ਜੋਨਰ ਤਾਂ ਰੋਮਾਂਟਿਕ ਦਾ ਜੀ। ਅੱਛਾ, ਰੋਮਾਂਟਿਕ ਦਾ ਹੀ ਹੈ? ਹਾਂਜੀ ਹਾਂਜੀ। ਅੱਛਾ, ਸਭ ਤੋਂ ਜ਼ਿਆਦਾ ਰੋਮਾਂਟਿਕ ਹੀ ਸੁਣਨ ਨੂੰ ਮਿਲਣਗੇ ਤੁਹਾਡੇ ਵੱਲੋਂ? ਠੀਕ ਹੈ, ਰੋਮਾਂਟਿਕ ਨਹੀਂ ਨਹੀਂ ਸਾਰੇ ਕਰ, ਜੋ ਡਿਮਾਂਡਸ ਹੋਊਗੇ ਜੀ ਜੀ, ਇਦਾਂ ਨਹੀਂ ਮੈਂ ਆਪਣਾ ਵੀ ਇਕੱਲਾ ਰਾਂਝਾ ਰਾਜੀ ਨਹੀਂ ਕਰਨਾ ਜੀ ਜੀ ਜੀ। ਹਾਂ ਬਿਲਕੁਲ ਬਿਲਕੁਲ, ਜੋ ਮਤਲਬ ਦਰਸ਼ਕਾਂ ਨੇ ਮਤਲਬ ਹਨਾ ਕਬੂਲਿਆ ਜਿੱਦਾਂ ਜੋ ਕਹਿਣਗੇ ਉਹਨਾਂ ਦੀ ਸਿਰ ਮੱਥੇ ਜੀ ਜੀ। ਹੁਣ ਅਖੀਰ ਵਿੱਚ ਇਹ ਹੈ ਕਿ
ਜੋ ਤੁਹਾਡੇ ਫੈਨਸ ਬਣੇ ਨੇ ਤੁਹਾਡੇ ਪਹਿਲੇ ਗੀਤ ਤੋਂ ਦੋ ਅਰਮਾਨ ਜਿਹਨਾਂ ਨੇ ਪਸੰਦ ਕੀਤਾ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਕਹਿ ਸਕਦੇ ਹੋ। ਹਾਂਜੀ ਹਾਂਜੀ, ਪਹਿਲਾਂ ਬਹੁਤ ਬਹੁਤ ਥੈਂਕ ਯੂ ਜੀ ਸਾਰਿਆਂ ਦਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਦੋ ਅਰਮਾਨ ਨੂੰ। ਬਸ ਮੇਰੇ ਅਰਮਾਨ ਤੁਹਾਡੇ ਨਾਲ ਹੀ ਨੇ ਹੈ ਨਾ, ਅਤੇ ਇੱਦਾਂ ਹੀ ਕਬੂਲਦੇ ਰਹੋ, ਫਿਰ ਜਲਦੀ ਤੁਹਾਡੇ ਜਿੱਦਾਂ ਤੁਹਾਡਾ ਹੁਕਮ ਹੋਊਗਾ ਰੂਬਰੂ ਹੁੰਦੇ ਰਹਾਂਗੇ ਜੀ। ਜੀ ਸੋ ਥੈਂਕ ਯੂ ਸੋ ਮਚ ਫੈਸਲਾ ਜੀ, ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੇ ਤੋਂ ਹੋਰ ਵਧੀਆ ਵਧੀਆ ਗੀਤ ਸੁਣੀਏ ਤੇ ਦਰਸ਼ਕ ਵੀ ਉਹਨੂੰ ਪਸੰਦ ਕਰਨ। ਠੀਕ ਹੈ, ਤੇ ਦੋ ਅਰਮਾਨ ਨੂੰ ਵੀ ਕਹਿ ਦਿੰਦੇ ਕਿ ਜ਼ਰੂਰ ਸੁਣੋ ਬਲੈਕ ਮਿਊਜ਼ਿਕ ਪ੍ਰੋਡਕਸ਼ਨ ਯੂਟਿਊਬ ਚੈਨਲ ਉੱਤੇ, ਤੁਸੀਂ ਦੋ ਅਰਮਾਨ ਗੀਤ ਸੁਣ ਸਕਦੇ ਹੋ ਫੈਸਲਾ ਖਾਨ ਦਾ। ਸੋ ਅੱਜ ਦੇ ਸ਼ੋਅ ਵਿੱਚ ਇੰਨਾ ਹੀ, ਅਗਲੇ ਹਫ਼ਤੇ ਅਸੀਂ ਫਿਰ ਤੋਂ ਲੈ ਕੇ ਹਾਜ਼ਰ ਹੋਵਾਂਗੇ ਕੁਝ ਹੋਰ ਸੈਲੀਬ੍ਰਿਟੀ ਦੇ ਨਾਲ। ਤਦ ਤੱਕ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।